ਮੈਂ ਤੁਹਾਨੂੰ ਸ਼ੇਅਰ ਕਰਨ ਲੱਗੀ ਹਾਂ 25 ਮਈ 2024 IELTS ਐਗਜ਼ਾਮ ਦਾ ਈਵਨਿੰਗ ਸਲੋਟ ਰਿਵਿਊ ਲਿਸਨਿੰਗ ਆਈ ਸੀ ਬਹੁਤ ਜ਼ਿਆਦਾ ਈਜ਼ੀ ਰੀਡਿੰਗ ਆਈ ਸੀ ਮੋਡਰੇਟ ਇਵਨ ਕਿ ਟੂ ਪੈਸੇਜ ਈਜ਼ੀ ਸੀ ਥੋੜਾ ਬਿਟ ਡਿਫਿਕਲਟ ਕਹਿ ਸਕਦੇ ਆਪਾਂ ਥਰਡ ਪੈਸੇਜ ਸੋ ਵੀ ਕੈਨ ਸੇ ਮੋਡਰੇਟ ਟਾਸਕ 1 ਆਈ ਸੀ ਲਾਈਨ ਗ੍ਰਾਫਟ ਟਾਸਕ 2 ਆਈ ਸੀ ਸਮ ਬਲੀਵ ਥੈਟ 올림픽 ਗੇਮਸ ਹਲ ਬ੍ਰਿੰਗ ਪੀਪਲ ਫਰਮ ਡਿਫਰੈਂਟ ਨੇਸ਼ਨਸ ਟੁਗੇਦਰ ਵਾਈਲ ਅਦਰਸ ਕਲੇਮ ਥੈਟ ਹੋਲਡਿੰਗ ਦਾ 올림픽 ਗਿਫਸਟ ਮਨੀ ਵਿਚ ਕੁਡ ਬੀ ਯੂਜ਼ਡ ਫੋਰ ਇੰਪੋਰਟੈਂਟ ਇਸ਼ੂਜ਼ ਕਸ ਬੁੱਟਵਿਸ ਐਂਡ ਗਿਵ ਓਪੀਨੀਅਨ ਮਤਲਬ ਇਹ ਕੁਝ ਲੋਕ ਇਹ ਕਹਿੰਦੇ ਆ ਕਿ ਜਿਹੜੀ 올림픽 ਗੇਮਸ ਹੁੰਦੀਆਂ ਨੇ ਉਹ ਦੋ ਨੇਸ਼ਨਸ ਨੂੰ ਡਿਫਰੈਂਟ ਨੇਸ਼ਨਸ ਨੂੰ ਆਪਸ ਵਿੱਚ ਜੋੜਦੀਆਂ ਨੇ ਬਟ ਜਿਹੜੇ ਕੁਝ ਲੋਕ ਇਹ ਕਹਿੰਦੇ ਆ ਕਿ 올림픽 ਗੇਮਸ ਉੱਤੇ ਪੈਚ ਕਰਨਾ ਇਹ ਵੇਸਟ ਹੈ ਕੀਕ ਡਿਸਕਸ ਬੋਥ ਵਿਸ ਐਂਡ ਗਿਵ ਯਰ ਓਨ ਅ ਪੀਨੀਅਨ ਇਹ ਤਾਂ ਸੈਂਪਲ ਆਨਸਰ ਅਪਲੋਡ ਹੋ ਚੁੱਕਾ ਹੈ ਤੁਸੀਂ ਚੈੱਕ ਕਰ ਸਕਦੇ ਹੋ ਮੇਰੇ YouTube ਚੈਨਲ ਆਇਲਰਟਸ ਵਿਦ ਸੋਫੀਆ ਤੇ ਇਸੇ ਕਰਨ ਦੀ ਹੀ ਲੇਟੈਸਟ ਅਪਡੇਟਸ ਰਿਗਾਰਡਿੰਗ ਆਇਲਸ ਲੈਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਆਇਲਰਟਸ ਵਿਦ ਸੋਫੀਆ